अस्सलाम वालेकुम दोस्तों, की हाल चाल है? ठीक हो तुम? इससे ठीक। और अपने विरावंदर बाटर नवी वीडियो लैके आ जर यार, घर वदम वेला फुल वेला। तो कार नु वेख्या ना, कार दा वॉशर होया पिया, धूड़ मिट्टी उत्ते पई पई। अगली राती गए सही दे काम, फाइस फुई काई ना की थी, वेख्या धूड़ मिट्टी पई पई। मैं आख चलो इस देखो टायर शायर काले काट लवी, टायर काले काट के कोई पानी शानी मार के देखो लश पश कर छुड़ी। सर वेखो उत्ते तिरपाल में पहनता कोई नहीं, तो धूड़ पता नहीं कितू आ जाती है। मैं तो हैरान हाँ, ये धूड़ पई पई है सारी। इस हम पैप ला के, ये पैप ऐप है, ये पैप पैप ला के ना इसनों पानी मरना, टायर काले कटदा। और रखनी अंब का बूटा पालना, तो निक्के बाल नू पालना, निक्के बाल सजाए जमे हुए बाल नू, ये बराबर है। इन्हों की कोशिश रखनी बड़ी औखी होंगी, इसमें कार की कोशिश रखनी बड़ी औखी होंगी। इन अगर बंदा धो लवे तो इन सुकेंदे सुकेंदे जट लग जाता, कि ना कि कोई ना कोई दाग रह ही जाता। तो चलो कोशिश करता मैं अज इस धो के तो लश पश कर पानी। पहले टायर काले काट लीजिए, टायर काले कटने तो बाद उस तो बाद जड़ा ना उत्तू दूसा है बाडी इसकी, पहले टायर वाली मिट्टी शिट्टी ला ली है ना, उस तो बाद बाडी इसकी दो दूसा। एक घंटे लग गया धोंदे धोंदे ना, हूँ धो रहे हूँ इसको खुश्क करना उतो कपड़े के नाल। एक कपड़ा मैं लिया तकरीबन उससे लगा 300 रुपया, तुम कहना इस स्पेशल कार दे धोन वास्ते। ये कपड़ा ये 300 रुपये का ये कपड़ा आया ना, ये इस दे नाल क्रैश मरैश नहीं पाती उत्ते। इस दे नाल इसनू खुश्क कर दें, खुश्क करन तो बाद मोड को पालिश पालिश तो कोई ना मरे सा। रेडी पलेडी की खलोता दोष हो गए, कोच मान के पालिश कोई नहीं की। जट सारा स्लफ मार छोड़िए, बैटरी नंबा जाए। ਕੋਲ ਇਸ ਗੱਡੀ ਨੂੰ ਹੋ ਗਏ ਤਕਰੀਬਨ 1 ਸਾਲ ਅਤੇ 4 ਮਹੀਨੇ ਹੋ ਗਏ ਨੇ ਇਸ ਗੱਡੀ ਨੂੰ, ਅਤੇ ਚੱਲੀ ਖਲੋਤੀ ਹੈ ਤਕਰੀਬਨ ਕਿੰਨੇ ਕਿਲੋਮੀਟਰ, 9,186 ਕਿਲੋਮੀਟਰ। ਯਾਰ ਕਦੀ ਕਦੀ ਦਿਲ ਬਣਦਾ ਵੀ ਇਸ ਨੂੰ ਨਾ ਅਸੀਂ ਵੇਚ ਛੋੜੀਏ, ਵੀ ਇੰਨੇ ਪੈਸੇ ਬੰਨ ਕੇ ਖਿਲਾਰੀ ਬੈਠੇ, ਚਲੋ ਕਿਸੇ ਕਾਰੋਬਾਰ 'ਚ ਇਸਤੇਮਾਲ ਕਰ ਸਾਂ। ਲੇਕਿਨ ਮੁੜ ਜਦੋਂ ਵੇਚ ਬੈਠਿਆ ਸੀ, ਮਹਿੰਗਾਈ ਇਤਨੀ ਹੈ, ਮੁੜ ਸਾਡੇ ਕੋਲ ਲਵੀ ਵੀ ਨਹੀਂ ਕੋਈ ਨਹੀਂ। ਮੇਰਾ ਦਿਨ ਤਾਂ ਇਹੋ ਹੈ ਵੀ ਇਸ ਨੂੰ ਵੇਚ ਛੱਡਦਾ, ਵੇਚ ਕੇ ਨਾ ਕੋਈ ਥੋੜ੍ਹਿਆਂ ਪੈਸਿਆਂ ਲਈ ਹੌਲ ਮੁੱਲ ਹੀ ਇੱਕ ਹੋਰ ਗੱਡੀ ਲੈ ਦਿੱਤਾ, ਲੱਦਾ ਹੀ ਬਣ ਗਿਆ ਸੀ ਅਤੇ ਪੈਸੇ ਵੀ ਨਾਲ ਕੁਝ ਬਚ ਗਿਆ ਸੀ। ਤੁਹਾਡੇ ਕੀ ਖਿਆਲ ਹੈ ਇਸ ਬਾਰੇ? ਤੁਸੀਂ ਮੈਨੂੰ ਮਸ਼ਵਰਾ ਜ਼ਰੂਰ ਦੱਸੋ ਵੀ ਇਹ ਵੇਚ ਕੇ ਇਸ ਦੀ ਹੁਣ ਇਨਵਾਈਸ ਕੋ 52 ਲੱਖ ਅਤੇ ਪਤਾ ਨਹੀਂ ਕਿੰਨੇ ਹਜ਼ਾਰ ਹੈ, ਅਤੇ ਹੈ ਮੈਨੂਅਲ ਨਾ, ਆਟੋਮੈਟਿਕ ਨਹੀਂ ਹੈ, ਮੈਨੂਅਲ ਹੈ, ਮੈਨੂਅਲ ਗੇਅਰ ਵਾਲੀ 1.6 ਅਲਟਸ ਵੀ। ਚਲੋ ਇਹ 14-15 ਲੱਖ ਵਾਲੀ ਲੈ ਲਿਸਾ ਹੈ ਕਾਰ ਵੀ ਆਪਣੇ ਇਸਤੇਮਾਲ ਦੇ ਵਿੱਚ ਹੋ ਰਿਹਾ ਸੀ, ਵੀ ਤੁਹਾਡਾ ਕੀ ਖਿਆਲ ਹੈ? ਮੈਨੂੰ ਮਸ਼ਵਰਾ ਜ਼ਰੂਰ ਦੱਸੋ ਵੀ ਇਹ ਵੇਚ ਛੋੜਾਂ, ਹਾਲੇ ਤਾਂ 9,000 ਕਿਲੋਮੀਟਰ ਚੱਲੀ ਹੈ, ਨਵੀਂ ਦੀ ਨਵੀਂ ਗੱਡੀ ਹੈ। ਅਤੇ ਚਲੋ ਇਹ ਦੇ ਕੇ ਕੋਈ ਥੋੜ੍ਹੇ ਪੈਸਿਆਂ ਲਈ ਕੋਈ XLI GLI ਕੋਈ 7-8 ਮਾਡਲ ਲੈ ਲਿਸਾ ਸਾਫ਼ ਸੁਥਰੀ। ਰੰਗ ਤੁਹਾਨੂੰ ਮੈਂ ਦੱਸਿਆ ਵੀ ਰੰਗ ਦੀ ਗੱਲ ਇਹਨਾਂ ਨਾਲ, ਹੁਣ ਕਦੋਂ ਵੀ ਰੰਗ ਕਰਕੇ ਦਿੰਦੇ ਹੋ ਸਰ? थोड़ा बहुत कल इन्हें पठे पानी लाया, यार हाली तक भी पानी खलोता है, हाली तक भी पानी खलोता, अज तो इतो नहीं वटिंदे पठे, बिलकुल नहीं वटिंदे, कुछ कल वढ़ के रखे उन्होंने अज गुजारा उसे।
ਖੇਤੀ ਕਰਦਾ ਪਿਆ ਹੈ। ਕੀ ਕਰਦਾ ਪਿਆ ਹੈ? ਨਾਰੀ ਨੇ ਰਕਸ਼ਾ ਮਕੈਨਿਕ ਤੇ ਇਹ ਬਣਿਆ ਮੇਰਾ ਆਪਣੀ ਵੀ ਇਹਦੀ ਦੋ ਤਰੇ ਰਕਸ਼ਾ ਆਪਣੀ ਵੀ ਇੱਥੋਂ ਭੋਲ ਪਾਟ ਲਾਈ ਵਧਾਉਂਦਾ ਰੋਜ਼। ਇਹ ਕੀ ਕਰਦਾ ਪਿਆ ਹੁਣ? ਵਾਹ ਮਿਸਤਰੀ ਵਾਹ। ਜਿਹੜਾ ਰਕਸ਼ਾ ਡਰਾਈਵਰ ਤੁਹਾਨੂੰ ਵਿਖਾਇਆ ਇਹ ਥੋੜ੍ਹਾ ਜਿਹਾ ਉੱਚਾ ਸੁਣਦਾ ਹੈ, ਡੋਰ ਹੈ, ਲੇਕਿਨ ਜ਼ਹੀਨ ਬੜਾ ਹੈ। ਅੱਲਾ ਪਾਕ ਇਹਨੂੰ ਸੁਣਨ ਵਾਲੀ ਹਿੰਮਤ ਨਹੀਂ ਦਿੱਤੀ ਤਾਂ ਜ਼ਹਿਨ ਬੜਾ ਦਿੱਤਾ ਅੱਲਾ ਪਾਕ ਇਸਨੂੰ। ਬਾਈ ਮੁਰਜ਼ਾ ਕਾਲ ਕੀਤੀ ਉਸ ਕਿ ਬਈ ਯਾਰ ਕਾਰ ਲੈ ਕੇ ਆ ਜਾ, ਜੰਗ ਜਾਣਾ, ਇੱਕ ਕੰਮ ਹੀ ਨਿੱਕਾ ਜਿਹਾ, ਇੱਕ ਬੰਦੇ ਨੂੰ ਉੱਥੇ ਮਿਲਣਾ, ਮਿਲ ਕੇ ਆ ਜਾਂਦਾ। ਠੀਕ ਹੈ ਬਈ ਚੱਲਦੇ ਹਾਂ। ਬਿਸਮਿਲ੍ਲਾ ਰਹਿਮਾਨ ਰਹੀਮ। ਵਾਲੇਕੁਮ ਸਲਾਮ ਜਨਾਬ। ਮੈਂ ਬਾਈ ਗਾਰ ਹਾਂ। ਅਲਹਮਦੁਲਿਲਾ ਜੀ ਠੀਕ ਹੈ। ਚੱਲਦਾ ਪਿਆ ਜੀ। ਮਿਹਰਬਾਨੀ ਸਰ, ਮਿਹਰਬਾਨੀ। ਪੱਪੂ ਨੂੰ ਕੋਈ ਸਮਝਾਇਆ? ਪੱਪੂ ਵਿਗੜ ਗਿਆ, ਪੈਸੇ ਵੀ ਗਲਦਾ ਵਿਗੜ ਗਿਆ ਹੈ। ਅੱਛਾ, ਉਹਨੂੰ ਆ ਤੇਰੇ ਨਾਲ ਦਾ ਜਿਹੜਾ ਉਹਨੇ ਪਿੱਛੇ ਉਹਦੀ ਮੰਗਣੀ ਹੋਈ। ਹਾਂ, ਉਸ ਕੋਠਾ ਵੀ ਇੱਕ ਪਾ ਲਿਆ, ਕੋਈ ਪਹਿਲੇ ਪਾਇਆ, ਫਿਰ ਦੂਆ ਕੋਠਾ ਪਾਇਆ, ਘਰ ਵੀ ਦੇ ਲਿਆ, ਕੋਠੇ ਉਹਨੂੰ ਪਾ ਲਿਆ, ਕਿਚਨ ਵੀ ਉਸ ਆਪਣਾ ਪਾ ਲਿਆ, ਉਸ ਆਪਣਾ ਸੈੱਟ ਪਾਇਆ। ਉਹਦਾ ਮੈਂ ਕਮੇਟੀ ਪਾਈ ਹੋਈ ਹੈ, ਗੱਲਾਂ ਸੁਣਿਆ ਕਰਦੀ ਕਮੇਟੀਆਂ ਕਮੇਟੀਆਂ, ਘਰ ਪੈਸੇ ਪੂਰੇ ਨਾ, ਮੈਂ ਕਮੇਟੀ ਪਾਈ ਰੱਖਾਂ, ਮੈਂ ਘਰ ਖਰਚਾ ਨਾ ਲਿਆ, ਕਮੇਟੀਆਂ ਦੇ ਰਵਾਂ। ਨਹੀਂ ਉਹਨੂੰ ਸਮਝਾਈ ਨਹੀਂ, ਹੁਣ ਉਸ ਕਦੋਂ ਆਉਣਾ ਛੁੱਟੀ? ਉਹਦਾ ਕੋਈ ਪਤਾ, ਉਹ ਫੋਨ ਨਹੀਂ ਤਾਂ ਦੱਸੀ। ਚਲੋ ਮੈਂ ਹੁਣ ਫੋਨ ਕਰੇ ਸਾਂ, ਇਨਸਾਨ ਦਾ ਬੱਚਾ ਬਾਣੇ ਕਿਹੜਾ ਤਰੀਕਾ, ਪੈਸੇ ਉਹ ਗਤਿੰਦਾ ਕਿਦੇ ਭਲਾ ਯਾਰ? ਬਸ ਮੁੰਡੇ ਉਹਨੂੰ ਤੁਸੀਂ ਤਰੀਕੇ ਨਾਲ ਪੁੱਛ ਲਓ। ਚਲੋ ਮੈਂ ਪੁੱਛ ਲਈ ਕਰਸੇ, ਸ਼ਾਦੀ ਕਿਵੇਂ ਹੋਣੀ? ਪਿਓ ਤੇਰਾ ਤਾਂ ਤੂੰ ਆਨੇ ਘਰ ਬਹਿ ਜਾ, ਉਹ ਵੀ ਹੁਣ ਫੈਸਲਾ ਬਾਜ ਜਾਂਦਾ, ਤੇਰੇ ਤੰਗ ਆ ਕੇ ਵੀ ਤੂੰ ਗਲਦਾ ਨਹੀਂ, ਉਹ ਗਲਦਾ, ਇੱਕ ਦਾ ਗੁਜ਼ਾਰਾ ਹੁੰਦਾ। ਸਾਡੀ 14-15 ਸਾਲ ਉਹ ਘਰੇ ਲੱਗ ਗਈ, ਫਿਰ ਉੱਤੋਂ ਵੀ ਲੱਗ ਜਾਂਦੀ ਸੌ ਕੋੜਾ ਪਰਾਂ। ਚਲੋ ਮੈਂ ਪੁੱਛਦਾ, ਚੰਗਾ ਮੰਡ ਕੇ ਰੱਖਣਾ। ਨਹੀਂ ਨਹੀਂ ਮੈਂ ਹੁਣ ਮੈਂ ਪਿਆਰ ਨਾ ਪਿਆਰ ਨਾ ਮੁੜ ਕਿਤੇ وعلیکم السلام آج کے لیے ہاں ہم آ رہے ہیں ادھر آ جا ان دس نال ہوٹل تے پر ہم سن نہ پونا پے نہیں نہیں میں تے ہی پڑا سکھا جا میں کوس شاہر کا بھی ہے اس لیے کہ فون ہے بھی اس لیے بنے ਚਲਾਵਾਂਗੇ। ਹੈਲੋ ਹਾਂ
ਇਹ ਵੀ ਮੰਡੀ ਲੱਗੀ ਹੋਈ ਨੇ ਨਲਕਾ ਅੱਡਾ ਅੱਗੇ ਤਾਂ ਬੜੀ ਮੰਡੀ ਲੱਗਦੀ ਆ ਹੁਣ ਘੱਟ ਗਈ ਹੈ ਬਿਲਕੁਲ ਡੰਗਰਾਂ ਦੀ ਛੋਟੀ ਜਿਹੀ ਮੰਡੀ ਲੱਗਦੀ ਇੱਥੇ ਪਾਰੂ ਸ਼ਾਰੂ ਬੱਚੀ ਡੱਗੀ ਲੱਭ ਜਾਂਦੀ ਇੱਕ ਸਿੰਧੀ ਵਪਾਰੀ ਹੈ ਮੈਨੂੰ ਪਿਆਦਾ ਇਹ ਜਿਹੜਾ ਮੈਂ ਇਹ ਇੱਧਰ ਨਲਕੇ ਅੱਡਾ ਜਿਹੜੇ ਮੰਡੀ ਬੱਕ ਰਹਿੰਦਾ ਰਿਹਾ ਅੱਗੇ ਕਿਸੇ ਦਾ ਮੰਡੀ ਲੱਗਦੀ ਹੈ ਇੱਥੇ ਬੜੇ ਬੜੇ ਵਪਾਰੀ ਹੁੰਦੇ ਆ ਪਹਿਲੇ ਮੰਡੀ ਚ ਆ ਵੀ ਸਾਡੇ ਕੋਲੋਂ ਜਾਂਗੇ 50 ਕਿਲੋਮੀਟਰ ਚਨਿਓਟ ਹੈ 40 ਕਿਲੋਮੀਟਰ ਲੇਕਿਨ ਸਾਨੂੰ ਜੰਗ ਦਾ ਸਫ਼ਰ ਥੋੜ੍ਹਾ ਲੱਗਦਾ ਉਹ ਕਿਵੇਂ ਬਈ ਜੰਗ ਕਿਵੇਂ ਜਿਵੇਂ ਬੰਦੇ ਦੇ ਕਦਮੀ ਨਹੀਂ ਚੜਿਆ ਹੁੰਦਾ ਜੰਗ ਦਾ ਸਫ਼ਰ ਸਾਡੇ ਚੜਿਆ ਹੋਇਆ ਕਦਮੀ ਸਾਰੇ ਸਟਾਪਾਂ ਦਾ ਪਤਾ ਇਸ ਸਟਾਪ ਤੋਂ ਅੱਗੇ ਸਟਾਪ ਹੁੰਦਾ ਇਸ ਸਟਾਪ ਤੋਂ ਅੱਗੇ ਸਟਾਪ ਹੁੰਦਾ ਮਲੂਮ ਹੀ ਕੋਈ ਨਹੀਂ ਹੁੰਦਾ ਵੀ ਅਸੀਂ ਜੰਗ ਜਾਂਦੇ ਪਏ ਹਾਂ ਜਾਂ ਕਿਤੇ ਜਾਂਦੇ ਪਏ ਹਾਂ ਇੰਨਾ ਸਫ਼ਰ ਮਲੂਮ ਨਹੀਂ ਹੁੰਦਾ ਅਤੇ ਚਨਿਓਟ ਦਾ ਸਫ਼ਰ ਹੀ ਥੋੜ੍ਹਾ ਅਤੇ ਚਨਿਓਟ ਸਾਨੂੰ ਡੇਰ ਸਫ਼ਰ ਲੱਗਦਾ ਹੁਣ ਹੋਇਆ ਤਾਂ ਸਾਡਾ ਜ਼ਿਲ੍ਹਾ ਹੁਣ ਚਨਿਓਟ ਸਾਡਾ ਸਾਡੀ ਰਜੂ ਜ਼ਿਆਦਾ ਚਨਿਓਟ ਨਾਲ ਹੁੰਦੀ ਬਹਰਹਾਲ ਮੋੜ ਹੀ ਅਸੀਂ ਜੰਗਲ ਜ਼ਿਆਦਾ ਜਾਂਦੇ ਹਾਂ ਜੱਟ ਸਰ ਯਾਰ ਸਹਿੰਗੇ ਮੂੰਹ ਠੱਡੀ ਹਵਾ ਪੱਖਾ ਚੱਲਿਆ ਮਤਲਬ ਇਹ ਸੀ ਠੱਡੀ ਹਵਾ ਲੱਗੀ ਅਤੇ ਨੀਂਦ ਆ ਗਈ ਇਹ ਆਪਣੇ ਕਿੱਥੇ ਵਜੇ ਸਰਗੋਦਾ ਰੋਡ ਜੰਗ ਸਰਗੋਦਾ ਰੋਡ ਜਿੱਥੇ ਅਸੀਂ ਆਪਣੇ ਬੰਦੇ ਹਾਂ ਇੱਥੇ ਇੱਕ ਅੱਲਾਹੂ ਹੋਟਲ ਹੈ ਜੰਗ ਵਿੱਚੋਂ ਨਿਕਲੀ ਨਾ ਬੰਨ ਕਰਾਸ ਕਰੀ ਤੇ ਕੋਈ ਅੱਲਾਹੂ ਹੋਟਲ ਹੈ ਉੱਥੇ ਜਾਣਾ ਜਿਹੜੇ ਬੰਦੇ ਨੇ ਮਿਲਣਾ ਅਸਾਂ ਉਸ ਵੀ ਉੱਥੇ ਆਉਣਾ ਅਤੇ ਅਸਾਂ ਵੀ ਉੱਥੇ ਕੋਈ ਰੋਟੀ ਛੋਟੀ ਖਸਾਂ ਰੋਟੀ ਖਾ ਕੇ ਇੱਕ ਦੋ ਨਿੱਕੇ ਨਿੱਕੇ ਕੰਮ ਹਨ ਉਹ ਕਰਕੇ ਆਪਾਂ ਲੋਕੇਸ਼ਨ 'ਤੇ ਆ ਗਿਆ ਜਿੱਥੇ ਅਸਾਂ ਆਉਣਾ ਇੱਥੇ ਨਮਾਜ਼ ਪੜ੍ਹਦੇ ਹਾਂ ਪੰਪ 'ਤੇ ਯਾਰ ਨਮਾਜ਼ ਪੜ੍ਹ ਕੇ ਮੁੜ ਉਸ ਬੰਦੇ ਟੈਲੀਫੋਨ ਕਰਦੇ ਹਾਂ ਜਿਸ ਨੂੰ ਮਿਲਣਾ ਉਹ ਵੀ ਆ ਜਾਸੀ ਮੁੜ ਕੇ ਸਾਂ ਖਾਣਾ ਜੰਗ 'ਚ ਸਰਗੋਦਰ ਰੋਡ 'ਤੇ ਨਿਕਲੀਏ ਅਤੇ ਅੱਗੋਂ ਬੰਨ ਜਿਵੇਂ ਕ੍ਰਾਸ ਕਰੀ ਤਾਂ ਅੱਗੋਂ ਇਹ ਹੋਟਲ ਲੱਭਦਾ ਹੈ ਅੱਲਾਹੂ ਹੋਟਲ ਜਹਾਂਗੀਰ ਸ਼ਿਖਾਣੇ ਦਾ ਹੋਟਲ ਹੈ ਜੀ ਇੱਥੇ ਦਾ ਮਿਆਰ ਹੀ ਡੱਡ ਆਉਂਦਾ ਅਤੇ ਰਸ਼ ਵੀ ਇੱਥੇ ਡੱਡ ਆਉਂਦਾ ਹੈ ਪੈਸੇ ਵੀ ਇਹ ਮੁਨਾਸਿਬ ਲੈਂਦਾ ਹੈ ਦੋਸਤੋ ਜਿਹੜੇ ਬੰਦੇ ਨੂੰ ਮਿਲਣਾ ਉਹ ਵੀ ਇਹ ਹੈ ਬੈਠਣ ਅਤੇ ਖਾਣਾ ਵੀ ਸਾਡਾ ਆ ਗਿਆ ਮਾਸ਼ਾਅੱਲਾ ਖਾਣਾ ਖਾਂਦੇ ਹਾਂ ਇਕੱਠੇ ਖਾਣਾ ਖਾ ਕੇ ਅਤੇ ਮੁੜ ਜਿਹੜੀ ਗੱਲਬਾਤ ਹੈ ਉਹ ਕਰਕੇ ਅਤੇ ਮੁੜ ਅੱਲਾ ਬੇਲੀ ਵਾਪਸ ਬਹੁਤ ਨਹੀਂ ਚੱਲਦਾ ਸ਼ਿਖਾਣੇ ਦਾ ਉੱਤੋਂ ਟੰਕੀ ਖਾਦਾ ਦਾਲ ਦਾ ਪਾ ਲਾਈ ਆ 900 ਰੁਪਏ ਬਿੱਲ ਆਖਣੇ 900 ਜੀ ਵੀ ਵਾਰ ਅਸੀਂ ਇਸ ਸਰਗੋਦਾ ਰੋਡ 'ਤੇ ਸਰਗੋਦਾ ਰੋਡ ਤੋਂ ਨਾ ਹੁਣ ਅਸਾਂ ਇਹ ਇੱਕ ਲਿੰਕ ਰੋਡ ਹੈ ਇਹ ਸਰਗੋਦਾ ਤੋਂ ਇਹ ਜੰਗ ਚਨਿਓਟ ਰੋਡ 'ਤੇ ਇਹ ਜਾ ਕੇ ਇਹ ਚੜ੍ਹਦਾ ਹੈ ਰੋਡ ਯਾਨੀ ਸਰਗੋਦਾ ਰੋਡ ਔਰ ਚਨਿਓਟ ਰੋਡ ਨੂੰ ਇਹ ਰੋਡ ਮਿਲਿੰਦਾ ਇਸ ਰੋਡ 'ਤੇ ਅਸੀਂ ਫਿਰ ਗਏ ਹਾਂ ਇੱਥੇ ਥੋੜ੍ਹਾ ਜਿਹਾ ਸ਼ਾਰਟ ਸਫ਼ਰ ਬਣ ਜਾਂਦਾ ਤਾਂ ਤੋਂ ਅਸੀਂ ਇੱਧੂ ਜਾਂਦੇ ਪਏ ਅਗਰ ਜੰਗ ਸ਼ਹਿਰ ਵੱਲੋਂ ਲੱਗਦੇ ਤਾਂ ਉਦੋਂ ਸਫ਼ਰ ਜ਼ਿਆਦਾ ਪੈ ਜਾਣਾ ਸਾਨੂੰ ਮੁੜਦਾ ਪਿਆ ਜਾ ਕੇ ਗੱਡੀ ਡਿੱਗਦਾ ਡੱਕ ਕੇ ਅਤੇ ਕੋਈ ਹੋਰ ਕਰਨੇ ਆ
तो माशाल्लाह गर्मवाली दी एवरेज तो सै यार डीजल दी एवरेज सै तुसी ये वेखो आफ्टर रीसैट 16.9 किलोमीटर पर लीटर जावें लगे मैं न्यूट्रल किया ये मीटर आके हूँ इतने चैक किया 16.9 किलोमीटर पर लीटर एवरेज की यार माशाल्लाह बेहतरीन एवरेज है लेकिन स्पीड मैं कोई नहीं मारी जावें लगे भाई मोर ज़्यादा चलाई गड्डी उसनू भी मैं स्पीड कोई नहीं मारन दी आवन लग्या मैं भी 80 तो उत्ते कोई नहीं चलाई मेरी आदत है मैं कार ते वहाँ या ट्रक ते वहाँ मैं स्पीड कोई नहीं मारदा तो कार 80 तो उत्ते मैं जावन कोई नहीं दी तो तू इतनी एदी एवरेज आई पी बहरहाल मोड़ी माशाल्लाह ठीक है बेहतरीन एवरेज यार अज का विलाग इतें ही मुकेंदे पे हैं क्योंकि ट्रक तो मैं हाँ कोई ना घर हाँ हफ्ता तकरीबन सारा ही साडा रेस्ट का बनता पाया इंशाल्लाह कल नवी वीडियो लैके मुड़ हाजिर उसा रही जिंदगी तो हूँ अपने बिरा मंदिर बाटा दूँ इजाजत अल्लाह हाफिज़।